ਸੋ ਜਦੋਂ ਤੋਂ ਕੈਨੇਡਾ ਦੇ ਨਵੇਂ ਰੂਲਸ ਅਸੀਂ ਕਹਿ ਸਕਦੇ ਹਾਂ 10 ਅਗਸਤ ਤੋਂ ਬਾਅਦ ਇੰਪਲੀਮੈਂਟ ਹੋ ਰਹੇ ਨੇ ਸਟੂਡੈਂਟਸ ਵਿੱਚ ਕਾਫੀ ਖੁਸ਼ੀ ਹੈ ਕਿ ਇੱਕ ਜਾਂ ਦੋ ਮੋਡੀਊਲ ਚ ਅਗਰ ਆਇਲਸ ਵਿੱਚ 5.5 ਬੈਂਡ ਨੇ ਓਵਰਆਲ 6 ਨੇ ਤਾਂ ਐਸਜੀਐਸ ਦੇ ਵਿੱਚ ਅਪਲਾਈ ਕਰਨਗੇ ਪੀਟੀ ਦੀ ਗੱਲ ਕਰ ਲਈਏ ਓਵਰਆਲ 60 ਸਕੋਰ ਦੇ ਨਾਲ ਐਸਜੀਐਸ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ ਪਰ ਆਪਾਂ ਇਸ ਪਿਕਚਰ ਨੂੰ ਹੋਰ ਕਲੈਰਟੀ ਨਾਲ ਅਗਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਜਿਹੜੇ ਨਵੇਂ ਰੂਲਸ ਹੁਣ ਐਪਲੀਕੇਬਲ ਹੋ ਰਹੇ ਨੇ ਸਟੂਡੈਂਟਸ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿਣ ਵਾਲੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਇਸ ਦਾ ਇੰਪੈ ਦੇ ਤੌਰ ਤੇ ਵੀ ਦਿਖ ਸਕਦਾ ਹੈ ਆਖਿਰ ਸੰਭਾਵਨਾਵਾਂ ਕੀ ਨੇ ਇਸੇ ਨੂੰ ਅੱਜ ਅਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਮਾਹਿਰ ਸਲਾਹ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਡਿਟੇਲ ਵਿੱਚ ਇਸੇ ਨੂੰ ਲੈ ਕੇ ਇੱਕ ਇੱਕ ਗੱਲ ਤੁਹਾਨੂੰ ਸਮਝਾਣਗੇ ਨੈਵੀਗੇਟਰਸ ਓਬਵੀਸਲੀ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਹਰ ਵਾਰੀ ਜਿਵੇਂ ਮੈਂ ਗੱਲ ਕਰਦੀ ਆ ਕਿ ਤਕਰੀਬਨ 26 27 ਸਾਲਾਂ ਦਾ ਇਹਨਾਂ ਲੰਬਾ ਤੁਹਾਡਾ ਐਕਸਪੀ ਸੈਨੇਟ ਜ਼ੁਰਬਾ ਤੁਹਾਡੇ ਕੋਲ ਸੋ ਤੁਸੀਂ ਲਗਾਤਾਰ ਹਰ ਕੰਟਰੀ ਵੱਲੋਂ ਜਿਸ ਤਰ੍ਹਾਂ ਨਾਲ ਚੇਂजेस ਟਾਈਮ ਟੂ ਟਾਈਮ ਆਉਂਦੇ ਆ ਦੇਖਦੇ ਹੋ ਅਬਜ਼ਰਵ ਕਰਦੇ ਹੋ ਕਈ ਚੀਜ਼ਾਂ ਸਮਝ ਕੇ ਜੋ ਹੈ ਅਗੋ ਸਟੂਡੈਂਟਸ ਨੂੰ ਗਾਈਡ ਵੀ ਕਰਦੇ ਹੋ ਅੱਜ ਇਹ ਸਥਿਤੀ ਜੋ ਕੈਨੇਡਾ ਦੀ ਹੁਣ ਅੱਜ ਤੱਕ ਬੈਨੀਫੀਸ਼ੀਅਲ ਤਾਂ ਕਾਫੀ ਲੱਗ ਰਿਹਾ ਹੈ ਜਿਸ ਤਰ੍ਹਾਂ ਹੁਣ ਫਾਈਲਿੰਗ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਰੂਲਸ ਐ ਕੀ ਇੰਪੈਕਟ ਪੈਂਦਾ ਦਿਖ ਸਕਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਇਲਸ ਦੇ ਵਿੱਚ ਜਾਂ ਓਵਰ ਆਲ ਜਿਹੜਾ 6 ਸਕਸ ਕਰਤਾ ਜਾਂ ਪੀਟੀ ਚ ਓਵਰ ਆਲ 60 ਕਰਤਾ ਜੀ ਤੁਸੀਂ ਇਹ ਦੇਖੋ ਕਿ ਇੱਕ ਦਿਨ ਵਾਸਤੇ ਇਹਨਾਂ ਨੇ 6 each ਕੀਤਾ ਐਂਡ 60 each ਕੀਤਾ ਪੀਟੀ ਦਾ ਬਟ ਨੈਕਸਟ ਡੇ ਇਨਫੋਰਮੇਸ਼ਨ ਚੇਂਜ ਹੋ ਗਈ। ਜੀ। ਥੈਟ ਮੀਨਸ ਈਵਨ ਉਹ ਵੀ ਕਲੀਅਰ ਨਹੀਂ ਹੈ ਮੈਨੂੰ ਤਾਂ ਲੱਗਦਾ ਹੈ। ਠੀਕ ਹੈ। ਹੁਣ ਜਿਹੜੇ ਸਟੂਡੈਂਟਸ ਹੈ ਇਹ ਜ਼ਰੂਰ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਬੱਚੇ ਬਹੁਤ ਰਿਪੀਟ ਕਰ ਰਹੇ ਸੀ ਮੈਂ ਤਾਂ ਇਹ ਦੇਖਿਆ ਤਿੰਨ-ਤਿੰਨ ਚਾਰ-ਚਾਰ ਵਾਰੀ ਰਿਪੀਟ ਕਰ ਰਹੇ ਸੀਗੇ। ਤੇ ਇਹ ਮਤਲਬ ਇੱਕ ਮੋਡਿਊਲ ਚ ਸਮਝੋ 5.5 ਰਹਿ ਗਿਆ ਦੂਸਰੀ ਵਾਰੀ ਐਗਜ਼ਾਮ ਦਿੰਦੇ ਸੀ ਉਸ ਮੋਡਿਊਲ ਚ 6 ਆ ਜਾਂਦੇ ਸੀ ਫਿਰ ਕਿਸੇ ਹੋਰ ਮੋਡਿਊਲ ਚ 5.5 ਆ ਜਾਂਦੇ ਸੀ ਉਹਨਾਂ ਬੱਚਿਆਂ ਵਾਸਤੇ ਇਹ ਠੀਕ ਹੈ ਲੇਕਿਨ ਫੇਰ ਵੀ ਮੈਂ ਬੱਚਿਆਂ ਨੂੰ ਇਹੀ ਰਿਕੁਐਸਟ ਕਰੂੰਗੀ ਤੁਸੀਂ ਆਪਣੇ ਅੱਜ ਦੀ ਪ੍ਰੈਪਰੇਸ਼ਨ ਪੀਟੀ ਸੈਲ ਪੀਪ ਟੋਫਲ ਜੋ ਵੀ ਕਰ ਰਹੇ ਹੋ ਉਹਦੀ ਪ੍ਰੈਪਰੇਸ਼ਨ ਤੇ ਪੂਰਾ ਧਿਆਨ ਰੱਖੋ ਕਿਉਂਕਿ ਜਿੰਨਾ ਸਕੋਰ ਅੱਛਾ ਹੋਏਗਾ ਤੁਹਾਡਾ ਉਹਨne ਤੁਹਾਡੇ ਵੀਜ਼ਾ ਚਾਂਸਸ ਜ਼ਿਆਦਾ ਹੁੰਦੇ ਨੋ ਡਾਊਟ ਇਸ ਵਾਰੀ ਕੈਨੇਡੀਅਨ ਹਾਈ ਕਮਿਸ਼ਨ ਨੇ 100% ਆਲਮੋਸਟ ਵੀਜ਼ਾ ਦਿੱਤਾ ਰਿਜੈਕਸ਼ਨ ਉਸ ਕੇਸ ਚ ਜਿੱਥੇ ਕੋਈ ਡਾਕੂਮੈਂਟ ਫੇਕ ਸੀਗਾ ਆਦਰਵਾਇਜ਼ ਉਹਨਾਂ ਨੇ ਸਾਰੇ ਵੀਜ਼ੇ ਦਿੱਤੇ ਆ ਹੁਣ ਇੱਕ ਮਿਥ ਇਹ ਵੀ ਚੱਲ ਰਿਹਾ ਬੱਚਿਆਂ ਚ ਜਿਹੜਾ ਥੋੜਾ ਜਿਹਾ ਬੱਚੇ ਪਰੇਸ਼ਾਨ ਹੁੰਦੇ ਆ ਕਿ ਉੱਥੇ ਇੰਪਲॉयਮੈਂਟ ਨਹੀਂ ਆ ਕਈ ਵਾਰੀ ਇਹ ਵੀ ਕਹਿ ਦਿੰਦੇ ਆ ਜੀ ਤੇ ਜਿਹੜਾ ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਹੈ ਇਹ ਟੈਂਪਰੇਰੀ ਫੇਜ਼ ਹੁੰਦਾ ਹੈ ਇਹਨਾਂ ਨੇ ਆਇਲਸ ਵੀ ਜਿਹੜਾ ਘੱਟ ਕਰਤਾ ਪੀਟੀ ਵੀ ਹੁਣ ਐਕਸੈਪਟ ਕਰ ਲਿਆ ਐਚਡੀਐਸ ਦੇ ਵਿੱਚ ਇਹਦਾ ਮਤਲਬ ਕਾਫੀ ਬੱਚਾ ਅਪਲਾਈ ਕਰੇਗਾ ਨੰਬਰ ਆਫ ਫਾਈਲ ਬਹੁਤ ਜ਼ਿਆਦਾ ਹੋਣਗੀਆਂ ਸਮਝੋ ਉਹਨਾਂ ਦਾ ਟਾਰਗੇਟ ਹੈ 40000 ਵੀਜ਼ਾ ਦੇਣ ਦਾ ਜਾਂ 50000 ਵਾਟ ਏਵਰ देयर ਟਾਰਗੇਟ ਇਜ਼ ਉਹਦੇ ਵਿੱਚ ਜਿੰਨੇ ਅੱਛੇ ਬੱਚੇ ਆ ਉਹਨਾਂ ਨੂੰ ਵੀਜ਼ਾ ਮਿਲੇਗਾ ਹੀ ਮਿਲੇਗਾ ਜਾਂ ਜਿਹੜੇ ਪਹਿਲੇ ਆ ਜਾਂਦੇ ਜਿਨ੍ਹਾਂ ਦੀ ਲਾਸਟ ਫਾਈਲਾਂ ਹੁੰਦੀਆਂ ਉਹ ਕਈ ਵਾਰੀ ਕੋਟਾ ਖਤਮ ਹੋ ਗਿਆ ਹੁੰਦਾ ਜਿਹੜੇ ਅਸੀਂ ਐਮਬੈਸੀਆਂ ਦੇ ਨਾਲ ਕੰਮ ਕੀਤਾ ਬਹੁਤ ਕਲੋਜ਼ਲੀ ਜਿਹੜੀ ਚੀਜ਼ਾਂ ਅਸੀਂ ਆਬਜ਼ਰਵ ਕੀਤੀਆਂ ਕਈ ਵਾਰੀ ਸਾਡੇ ਆਪਣੇ ਬੱਚੇ ਆ ਦੋ ਚ 5.5 ਬੈਂਡ ਦੇ ਵੀਜ਼ੇ ਆਏ ਆ ਇੱਕ ਜੋ 5.5 ਬੈਂਡ ਦਾ ਵੀਜ਼ਾ ਤੇ ਇਸ ਟਾਈਮ ਮਾਰਕੀਟ ਚ ਬਹੁਤ ਜ਼ਿਆਦਾ ਆਇਆ ਡਰਨ ਵਾਲੀ ਗੱਲ ਨਹੀਂ ਹੈ ਜੇ ਤੁਹਾਡਾ ਅਕੈਡੈਮਿਕ ਸਕੋਰ ਬਹੁਤ ਅੱਛਾ ਹੈ ਔਰ ਆਇਲਸ ਦਾ ਵਿੱਚ ਇੱਕ ਚ ਘਾਟ ਹੈ ਗੈਪ ਬਹੁਤ ਜ਼ਿਆਦਾ ਨਹੀਂ ਹੈ ਤੇ ਤੁਹਾਨੂੰ ਇਹ ਪੋਜ਼ਿਟਿਵ ਹੈ ਬਟ ਅਕੈਡਮਿਕ ਸਕੋਰ ਵੀ ਤੁਹਾਡਾ ਖਰਾਬ ਹੈ ਤੁਹਾਡਾ ਆਇਲਸ ਵੀ ਨਹੀਂ ਬਹੁਤ ਅੱਛਾ ਹੈ ਔਰ ਤੁਹਾਡਾ ਮਤਲਬ ਗੈਪ ਵੀ ਬਹੁਤ ਜ਼ਿਆਦਾ ਜਸਟੀਫਿਕੇਸ਼ਨ ਪ੍ਰੋਪਰ ਨਹੀਂ ਹੈ ਤੇ ਫਿਰ ਉਹ ਇੱਕ ਕੁਐਸਚਨ ਮਾਰਕ ਬਣ ਜਾਂਦਾ ਅਦਰਵਾਈਜ਼ ਉਹਨਾਂ ਨੇ ਹੁਣ ਇਹ ਚੀਜ਼ਾਂ ਐਸਡੀਐਸ ਚ ਕਰ ਦਿੱਤੀਆਂ ਹੂੰ ਹੂੰ ਜੀ ਬਿਲਕੁਲ ਸੋ ਵਾਕਈ ਸਟੂਡੈਂਟਸ ਜਿਹੜੀ ਵੇਟ ਕਰ ਰਹੀ ਸੀ ਚਲੋ ਵੇਟ ਕਰਨ ਦਾ ਉਹਨਾਂ ਨੂੰ ਇੱਕ ਸਹੀ ਖੁਸ਼ਖਬਰੀ ਵਧੀਆ ਖੁਸ਼ਖਬਰੀ ਤਾਂ ਮਿਲ ਚੁਕੀ ਹੈ ਅੱਗੋ ਹੁਣ ਮੈਮ ਅੱਗੇ ਆਪਾਂ ਵਧੀਆ ਤਾਂ ਗੱਲ ਕਰੀਏ ਜਿਵੇਂ ਸਟੂਡੈਂਟਸ ਨੋਨ ਐਸਜੀਐਸ ਵਿੱਚ ਕੀ ਜੜੀਆਂ ਪ੍ਰੋਫਾਈਲਸ ਆਣ ਗਈਆਂ ਉਹਨਾਂ ਦਾ ਵੀਜ਼ਾ ਚਾਂਸਸ ਘਟ ਦੇ ਨਜ਼ਰ ਆਣਗੇ ਕਿ ਜਿਨ੍ਹਾਂ ਦੀ ਅਗਰ ਆਪਾਂ ਪੀਟੀਵੀ ਚ ਓਵਰਾਲ 60 ਸਕੋਰ ਨਹੀਂ ਹੈ ਤਾਂ ਉਹਨਾਂ ਦਾ ਫਿਊਚਰ ਕਿਵੇਂ ਦੇਖੀਏ ਜਾਂ ਫਿਰ ਉਹਨਾਂ ਨੂੰ 60 ਓਵਰਾਲ ਸਕੋਰ ਲੈਣਾ ਹੀ ਚਾਹੀਦਾ ਐਸਜੀਐਸ ਵਿੱਚ ਹੀ ਐਪਲੀਕੇਬਲ ਹੋਣ ਦੇ ਲਈ ਆਪਣੇ ਆਪ ਮੰਗੋਨਾ ਬਣਾਉਣਾ ਚਾਹੀਦਾ ਦੇਖੋ ਜੇ ਤੁਸੀਂ ਕਹੋ ਕਿ ਨੋਨ ਐਸ ਡੀ ਐਸ ਵਾਲੇ ਵੀਜ਼ੇ ਤੇ ਜੇ ਪੁਰਾਣਾ ਦੇਖੋ ਰਿਕਾਰਡ ਜੀ ਤੇ ਨੋਨ ਐਸ ਡੀ ਐਸ ਦਾ ਵੀ ਉਨਾ ਹੀ ਆਉਂਦਾ ਸੀਗਾ ਐਸ ਡੀ ਐਸ ਦਾ 노 ਡਾਊਟ ਕਿ ਜ਼ਿਆਦਾ ਆਉਂਦਾ ਹੈ ਕਿਉਂਕਿ ਐਸ ਡੀ ਐਸ ਆਲਰੇਡੀ ਪ੍ਰੋਫਾਈਲ ਜਿਹੜੀ ਸਟ੍ਰੀਮ ਲਾਈਨ ਹੋ ਗਈ ਹੈ ਪਰ ਕਾਲਜਿਸ 50% 6 ਬੈਂਡ ਈਚ ਵਿੱਚ ਐਸ ਡੀ ਐਸ ਦੇ ਰਹੇ ਸੀਗੇ ਤੇ ਕਾਲਜਿਸ ਦੀ ਕੋਈ ਪ੍ਰੋਬਲਮ ਨਹੀਂ ਹੈ ਹੁਣ ਜਿਹੜਾ ਐਸ ਡੀ ਐਸ ਆਇਚ ਚ 5.5 ਜਾਂ 2 ਚ ਓਵਰ ਆਲ ਇਹਨਾਂ ਨੇ 6 ਕਰਤਾ ਤੇ ਉਹ ਵੀ ਹੁਣ ਕੋਈ ਉਹ ਨਹੀਂ ਰਿਹਾ दैट मींस ਵੀਜ਼ਾ ਆਫੀਸਰ ਦੇ ਉੱਪਰ ਆ ਤੁਸੀਂ ਕਿੰਨੀ ਅੱਛੀ ਐਸਓਪੀ ਲਿਖੀ ਐ ਕਿੰਨੇ ਅੱਛੇ ਕੋਰਸ ਜਾ ਰਹੇ ਹੋ ਜਿਹੜਾ ਕੋਰਸ ਉੱਥੇ ਡਿਮਾਂਡ ਦੇ ਵਿੱਚ ਐ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਤੁਸੀਂ ਨਾਨ ਮੈਡੀਕਲ ਦੇ ਸਟੂਡੈਂਟ ਹੋ ਜੀ ਰਾਈਟ ਤੁਹਾਡੀ ਓਵਰ ਆਲ ਪਰਸੈਂਟੇਜ ਬਹੁਤ ਅੱਛੀ ਐ ਬਟ ਸਮ ਹਾਉ ਤੁਹਾਡਾ ਆਇਲਸ ਸਕੋਰ ਉਹ ਨਹੀਂ ਆਇਆ 6 ਬੈਂਡ ਆਇਆ ਇੱਕ ਚ 5.5 ਬੈਂਡ ਆਇਆ ਵੀਜ਼ਾ ਆਫੀਸਰ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਤੁਹਾਡਾ ਓਵਰਆਲ ਪ੍ਰੋਫਾਈਲ ਅੱਛਾ ਆ ਰਿਹਾ ਹੈ ਫਿਰ ਇਹਦੇ ਨਾਲ ਟੈਕਨੀਕਲੀ ਇੱਕ ਚੀਜ਼ ਹੋਰ ਹੋ ਜਾਂਦੀ ਕਿ ਜਿਹੜਾ ਉੱਥੇ ਕੋਰਸ ਲੈ ਰਹੇ ਹੋ ਉਸ ਕੋਰਸ ਤੇ ਤੁਹਾਡੇ ਲਾਈਫ ਚ ਕਿੰਨੀ ਵੈਲਿਊ ਬਣਨ ਵਾਲੀ ਹੈ ਜਾਂ ਉਹ ਕੋਰਸ ਕਰਨ ਦੇ ਬਾਅਦ ਤੁਸੀਂ ਇੰਪਲੀਮੈਂਟ ਕਰਨ ਕਿੱਦਾਂ ਕਰਨ ਵਾਲੇ ਹੋ ਮੀਨਸ ਉਹ ਐਸਓਪੀ ਚ ਤੁਸੀਂ ਉਹਨੂੰ ਪੂਰਾ ਲਿਖੋਗੇ ਜਦ ਉਹ ਵੀਜ਼ਾ ਆਫੀਸਰ ਸੈਟੀਸਫਾਈ ਹੁੰਦਾ ਹੈ ਮੰਨ ਲਓ ਇਹ ਕਰਦਾ ਹੈ ਬੱਚਾ ਨੌਟਿਕਲ ਇੰਜੀਨੀਅਰਿੰਗ ਦਾ ਇੱਕ ਐਗਜ਼ਾਮਪਲ ਦੇਣੀ ਆ ਜਾ ਕੋਈ ਸਾਈਬਰ ਸਿਕਿਉਰਿਟੀ ਦਾ ਜਾਂ ਕੋਈ ਇਦਾਂ ਦਾ ਆਈਟੀ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵੀਜ਼ਾ ਅਫੀਸਰ ਨੂੰ ਲੱਗਦਾ ਬੱਚਾ ਅੱਛਾ ਹੈ ਨਾਨ ਮੈਡੀਕਲ ਦਾ ਬੱਚਾ ਹੈ ਕੋਰਸ ਅੱਛਾ ਲੈ ਰਿਹਾ ਤਾਂ ਇੱਕ ਚ 5.5 ਨੂੰ ਕੋਈ ਆਬਸਟੈਕਲ ਨਹੀਂ ਬੰਦਦਾ ਇਹ ਇੱਕ ਇੱਕ ਐਗਜ਼ਾਮਪਲ ਹੈ ਇਦਾਂ ਹੀ ਹਰ ਬੱਚੇ ਦੀ ਫਾਈਲ ਆਪਣੇ ਆਪ ਚ ਬਿਲਕੁਲ ਅਲੱਗ ਹੁੰਦੀ ਹੈ ਇਹ ਕੋਈ ਕਾਮਨ ਪਲੇਟਫਾਰਮ ਨਹੀਂ ਹੈ ਤੁਹਾਡੇ ਮੰਨ ਲਓ ਪਰਸੈਂਟੇਜ ਬਹੁਤ ਅੱਛੀ ਹੋ ਸਕਦੀ ਇੱਕ ਕਿਸੇ ਸਬਜੈਕਟ ਚ ਨਹੀਂ ਅੱਛੀ ਹੋ ਸਕਦੀ ਜਿਸ ਸਬਜੈਕਟ ਚ ਅੱਛੀ ਪਰਸੈਂਟੇਜ ਨਹੀਂ ਆ ਤੁਸੀਂ ਉਸ ਦੇ ਰਿਲੇਟਡ ਨੈਕਸਟ ਕੋਰਸ ਨਾ ਲਓ ਤੁਹਾਡੇ ਜਿਹੜੇ ਪਰਸੈਂਟੇਜ ਜਿਹੜੇ ਸਬਜੈਕਟ ਚ ਬਹੁਤ ਅੱਛੀ ਆ ਉਹਦੇ ਰਿਲੇਟਡ ਤੁਸੀਂ ਜੇ ਕੋਰਸ ਲੈਂਦੇ ਹੋ ਤੁਹਾਡਾ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਕਿਉਂਕਿ ਇਹ ਮੇਰੇ ਆਪਣੇ ਕਿਤੇ ਹੋਏ ਜਿਹੜੇ ਕੰਮ ਆ ਆਪਣੇ ਐਕਸਪੀਰੀਅੰਸ ਉਹ ਤੁਹਾਨੂੰ ਦੱਸ ਰਹੀਆਂ ਸੀ ਬੱਚਿਆਂ ਦੇ ਜਿਹੜੇ ਵੀਜ਼ਾ ਸਕਸੈਸ ਰੇਟ ਤੇ ਫਾਈਲਾਂ ਪਹੁੰਚਾਈਆਂ ਇਹੀ ਚੀਜ਼ਾਂ ਲੈ ਕੇ ਅਸੀਂ ਫਾਈਲਾਂ ਸਕਸੈਸ ਰੇਟ ਤੇ ਪਹੁੰਚਾਈਆਂ ਜੀ 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 ਬਿਲਕੁਲ ਸੋ ਇਸੇ ਲਈ ਅਸੀਂ ਵੀ ਮੈਮ ਤੋਂ ਜੋ ਹੈ ਹਰ ਇੱਕ ਪੁਆਇੰਟ ਕਲੀਅਰ ਕਰਵਾਨੇ ਆ ਸਟੂਡੈਂਟਸ ਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਡਾਊਟ ਜਾਂ ਕਲੈਰਿਟੀ ਦੀ ਜ਼ਰੂਰਤ ਹੈ ਜਿੱਥੇ ਤਾਂ ਅਸੀਂ ਤੁਹਾਡਾ ਡਾਊਟ ਟਾਈਮਲੀ ਜੋ ਹੈ ਕਲੀਅਰ ਵੀ ਕਰਦੇ ਆ ਬਾਕੀ ਤੁਹਾਡਾ ਆਪਣਾ ਕੋਈ ਸਵਾਲ ਹੋਵੇ ਤੁਸੀਂ ਜ਼ਰੂਰ ਜਿਹੜਾ ਨੰਬਰ ਹੈ ਤੁਸੀਂ ਜੋ ਪੋਲ ਕਾਲ ਕਰੋ ਨੈਵੀਗੇਟਰਸ ਓਵਰਸੀਜ਼ ਆ ਨੰਬਰ ਹੈ ਇਹਨਾਂ ਦੀ ਟੀਮ ਦੇ ਨੂੰ ਮਿਲਣਾ ਚਾਹੋ ਤਾਂ ਆਪਣੇ ਡਾਕੂਮੈਂਟਸ ਲੈ ਕੇ ਇਹਨਾਂ ਦੇ ਆਫਿਸ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਅਸੈਸਮੈਂਟ ਕਰਵਾ ਕੇ ਹੀ ਸਹੀ ਰਾਹ ਤੇ ਅੱਗੇ ਵਧੋ ਤਾਂ ਕਿ ਤੁਸੀਂ ਸਭ ਚੀਜ਼ਾਂ ਨੂੰ ਸਹੀ ਢੰਗ ਨਾਲ ਸਮਝਦੇ ਹੋਏ ਆਪਣਾ ਵੀਜ਼ਾ ਪ੍ਰੋਸੈਸ ਕਰਵਾਓ ਤੇ ਵੀਜ਼ਾ ਟਾਈਮਲੀ ਹਾਸਲ ਕਰੋ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਸਟੂਡੈਂਟਸ ਨੂੰ ਹਮੇਸ਼ਾ ਅਵੇਅਰ ਕਰਦੇ ਹੋ ਅੱਜ ਵੀ ਬਹੁਤ ਚੰਗੀਆਂ ਗੱਲਾਂ ਤੁਸੀਂ ਸਟੂਡੈਂਟਸ ਨੂੰ ਸਮਝਾਈਆਂ ਨੇ ਤੇ ਤੁਹਾਡਾ ਆਪਣਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਜੋ ਹੈ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਆਪਣੇ ਸਵਾਲ ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਸ ਲੈ ਕੇ ਆਂਦੇ ਹੀ ਰਵਾਂਗੇ ਪਰ ਫਿਲ Thank you.